ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਬਜੀਏ ਕਿ ਪੀਟ੍ਰੀਪਲ ਐਸਪੀ ਇਸ ਟਾਈਮ ਤੇ ਫੁੱਲੀ ਐਕਟਿਵ ਹੈ ਠੀਕ ਹੈ ਫੁੱਲ ਫਾਰਮ ਦੇ ਵਿੱਚ ਹੈ ਐਂਡ ਬਹੁਤ ਸਾਰੇ ਜੋ ਹੈ ਤੁਹਾਨੂੰ ਅਪਡੇਟਸ ਦੇਖਣ ਨੂੰ ਮਿਲ ਰਹੇ ਹੈ ਪੀਟ੍ਰੀਪਲ ਐਸਪੀ ਦੇ ਵੱਲੋਂ ਐਂਡ ਬਸ ਹੁਣ ਇਸ ਟਾਈਮ ਨਾ ਬਸ ਤੁਹਾਡਾ ਐਕਟਿਵ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ राइट तो पहला ही जो है आप बार बार बोल रहे हैं तो हूँ रिसेंट अपडेट जो है अपना पीटर प्लेसवी के वालों ये आया है कि बहुत सारिया जसामिया इश्तहार जो सी उन्होंने इत राइट एंड उन्होंने असामिया के लिए टेंटेटिव डेट्स जीडिया है बच्चे आउट हो चुकी है ठीक है चाहे जो है रिटर्न एग्जाम है तो चाहे जो है अपना स्किल टेस्ट है उन्होंने उन्होंने टेंटेटिव डेट्स जो आउट कर दियाँ है तो देखते हैं जी कि एग्जाम्स जो है उन्होंने इतने टेंटेटिव डेट जी है अपने को ਤੇ ਅਗਰ ਅਸੀਂ ਗੱਲ ਕਰੀਏ ਦੇਖ ਸਕਦੇ ਹਾਂ ਸਟਾਰਟ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਠੀਕ ਹੈ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦੀ ਜਿਹੜੀ ਡੇਟ ਹੈ ਉਹਨਾਂ ਨੇ ਦਿੱਤੀ ਹੈ 12 10 2024 ਤੋਂ 13 10 2024 ਮਤਲਬ ਦੋ ਡੇਟਸ ਉਹਨਾਂ ਨੇ ਇੱਥੇ ਦਿੱਤੀਆਂ ਹੈ ਠੀਕ ਹੈ ਇਹ ਟਾਈਪਿੰਗ ਦਾ ਹੈ ਠੀਕ ਹੈ ਸਕਿੱਲ ਟੈਸਟ ਦੇ ਬਾਰੇ ਜੋ ਹੈ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਦੈਨ ਜੂਨੀਅਰ ਸਕਿੱਲ ਸਟੈਨੋਗ੍ਰਾਫਰ ਠੀਕ ਹੈ ਸਟੈਨੋ ਟਾਈਪਿਸਟ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਤੇ ਆਪਾਂ ਕਹਿ ਸਕਦੇ ਹਾਂ ਕਿ ਲਗਭਗ ਜੋ ਹੈ ਆਪਣੀ ਇ ਇਹ ਆ ਫਿਰ ਅਪਕ 31 8 ਦੀ ਗੱਲ ਕਰਦੇ ਠੀਕ ਹੈ 31 8 ਤੋਂ ਜੋ ਹੈ ਸਟਾਰਟ ਹੋ ਰਹੀਆਂ ਆ ਆਪਣੀ ਜਿਹੜੀ ਰਿਟਰਨ ਟੈਸਟ ਦੀ ਡੇਟਸ ਹੈਗੀਆਂ ਆ ਤੇ ਲਗਭਗ ਜੋ ਹੈ ਆਪਣਾ ਦਸੰਬਰ ਦੇ ਮਹੀਨੇ ਤੱਕ ਠੀਕ ਹੈ ਦਸੰਬਰ ਮਹੀਨੇ ਤੱਕ ਜੋ ਹੈ ਤੁਹਾਡੀਆਂ ਡੇਟਸ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਆ ਬਹੁਤ ਸਾਰੇ ਇਗਜ਼ਾਮ ਜਿਹੜੇ ਹੈ ਤੁਹਾਡੇ ਕੰਡਕਟ ਕੀਤੇ ਜਾਣੇ ਆ ਠੀਕ ਹੈ ਸੋ ਹੁਣ ਅਗਰ ਤੁਸੀਂ ਇਹਨਾਂ ਦੇ ਵਿੱਚ ਫਾਰਮ ਫਿਲ ਕੀਤੇ ਹੋਏ ਆ ਠੀਕ ਹੈ ਤਾਂ ਤੁਸੀਂ ਜੋ ਹੈ ਬਸ ਤਿਆਰ ਰਹੋ ਠੀਕ ਹੈ ਆਪਣੀ ਪ੍ਰੈਪਰੇਸ਼ਨ ਜਿਹੜੀ ਹੈ ਉਹਨੂੰ ਕੰਟੀਨਿਊ ਰੱਖੋ ਤੇ ਹੁਣ ਇਹ ਟਾਈਮ ਜਿਹੜਾ ਹੈ ਤੁਹਾਡਾ ਬੱਚੇ ਪ੍ਰੈਕਟਿਸ ਕਰਨ ਦਾ ਹੈ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਓਨਾ ਜ਼ਿਆਦਾ ਤੁਹਾਡੇ ਲਈ ਬੈਸਟ ਹੈ ਰਾਈਟ ਲਾਈਕ ਆਪਣੇ ਕੋਲ ਪ੍ਰੋਗਰਾਮਰ ਜੂਨੀਅਰ এনवायरमेंटਲ ਇੰਜੀਨੀਅਰ ਜੂਨੀਅਰ ਸਾਇੰਟੀਫਿਕ ਆਫੀਸਰ ਅਸਿਸਟੈਂਟ ਪ੍ਰੋਗਰਾਮਰ ਕੇਅਰ ਟੇਕਰ ਲਾਇਬ੍ਰੇਰੀ ਸਹਾਇਕ ਲਾਇਬ੍ਰੇਰੀ ਸਹਾਇਕ ਲਾਇਬ੍ਰੇਰੀਅਨ ਠੀਕ ਹੈ ਡਾਟਾ ਐਂਟਰੀ ਆਪਰੇਟਰ ਸੋ ਇਹ ਸਾਰੀਆਂ ਵੈਕੈਂਸੀਜ਼ ਜਿਹੜੀਆਂ ਹੈ ਇਹਨਾਂ ਦੀ ਟੈਂਟੇਟਿਵ ਡੇਟ ਜਿਹੜੀ ਹੈ ਹੁਣ ਆ ਚੁੱਕੀ ਹੈ ਹੁਣ ਤੁਹਾਡੇ ਕੋਲ ਜੋ ਹੈ ਨਾ ਇੱਕ ਆਪਣੇ ਕੋਲ ਤੁਹਾਨੂੰ ਡੇ ਕੀ ਹੈ ਕਿ ਕਦੋਂ ਤੱਕ ਜੋ ਹੈ ਤੁਸੀਂ ਆਪਣੀ ਜਿਹੜੀ ਤਿਆਰੀ ਕਰ ਸਕਦੇ ਹੋ ਤੁਹਾਡੇ ਕੋਲ ਕਿੰਨਾ ਟਾਈਮ ਹੈਗਾ ਆ ਸੋ ਆਪਣੀ ਤਿਆਰੀ ਕਰਨੀ ਸਟਾਰਟ ਕਰੋ ਤੇ ਪ੍ਰੈਕਟਿਸ ਕਰਨੀ ਸਟਾਰਟ ਕਰੋ ਠੀਕ ਹੈ ਜੀ ਸੋ ਮਿਲਦੇ ਹਾਂ ਜੀ ਹੁਣ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਥੈਂਕ ਯੂ ਸੋ ਮਚ